about 125 sports stars from Punjab who are Olympians, Asian Games medalists and Commonwealth medalists. They are distraught as the state government has said that they won't be giving pension if they are drawing pension from their respective departments. So they have joined together and they formed an association called Punjab Superstar Sports Association in Jalandhar today. A meeting was held and the body was formed and they put up various issues before the government. With us is secretary of this association, Sajjan Singh Chima. He's been an ace, a basketball player, a captain and an Arjuna awardee. Let's talk to him about the issue. ਸਰ ਕੀ ਮੁੱਦਾ ਕੀ ਹੈ ਅਤੇ ਕਿਸ ਬੇਸਿਸ 'ਤੇ ਇਹ ਐਸੋਸੀਏਸ਼ਨ ਬਣਾਈ ਗਈ? ਮੁੱਦਾ ਇਹ ਹੈ ਕਿ ਪੰਜਾਬ ਸਰਕਾਰ ਨੇ ਜਿਹੜੀ ਨਵੀਂ ਸਪੋਰਟਸ ਪਾਲਿਸੀ ਬਣਾਈ ਹੈ ਉਹਦੇ ਵਿੱਚ ਉਹਨਾਂ ਨੇ ਬਹੁਤ ਪ੍ਰਚਾਰ ਕੀਤਾ ਕਿ ਅਸੀਂ 1500 ਤੋਂ 15000 ਰੁਪਏ ਹਜ਼ਾਰ ਤੋਂ ਇਹਨੇ ਜਿਹੜੇ ਵਧਾਤੀ ਹੈ ਪੈਨਸ਼ਨ 15 ਗੁਣਾ ਵਧਾਤੀ ਹੈ, ਪਰ ਉਹਦੇ ਵਿੱਚ ਜਿਹੜੀਆਂ ਇਹਨਾਂ ਨੇ ਸ਼ਰਤਾਂ ਲਾਈਆਂ, ਸ਼ਰਤਾਂ 3-4 ਰੱਖ ਦਿੱਤੀਆਂ, ਉਹਦੇ ਨਾਲ ਮੈਂ ਪੂਰਾ ਕੋਕ ਕੀਤੀ ਹੈ, ਪੜਤੋਲ ਪੜਚਾਲ ਕੀਤੀ ਹੈ, ਇੱਕ ਵੀ ਪੰਜਾਬ ਦਾ ਪਲੇਅਰ ਜਿਹੜਾ ਉਹ ਇਸ ਪੋਲਿਸੀ ਦੇ ਤਹਿਤ ਨਹੀਂ ਲੈ ਸਕਦਾ ਜਿਹੜੀ ਹੈ ਪੈਨਸ਼ਨ। ਬਾਕੀ ਸਾਨੂੰ ਜਿਹੜੀ ਪਹਿਲਾਂ ਪੈਨਸ਼ਨ ਮਿਲਣੀ ਸੀ ਉਹ 600 ਰੁਪਇਆ ਪੈਨਸ਼ਨ ਮੈਨੂੰ ਇੱਕ ਬੀਇੰਗ ਅਰਜਨਾ ਵਾਡੀ ਮਿਲਣੀ ਸੀਗੀ। ਮੈਂ ਸਮਝਦਾ ਕਿ ਇਹ ਸਾਡੀ ਤੋਹੀਨ ਹੈ, ਸਾਨੂੰ ਇਹ ਪੈਨਸ਼ਨ ਨਹੀਂ ਹੈ। ਇਹ ਪਲੇਅਰਾਂ ਨੂੰ ਹੁੰਦਾ ਹੈ ਕਿ ਇੱਕ ਮਾਣ ਸਨਮਾਨ, ਜਿਨ੍ਹਾਂ ਨੇ ਦੇਸ਼ ਦਾ ਝੰਡਾ ਜਿਹੜਾ ਓਲੰਪਿਕਸ 'ਚ ਜਾ ਕੇ, ਏਸ਼ੀਅਨ ਗੇਮਾਂ 'ਚ ਜਾ ਕੇ, ਕਾਮਨਵੈਲਥ ਗੇਮਾਂ ਦੇ ਵਿੱਚ ਜਾ ਕੇ ਝੰਡਾ ਜਿਹੜਾ ਉਹਦੀ ਇੱਜ਼ਤ ਰੱਖੀ, ਹਿੰਦੁਸਤਾਨ ਦੀ ਇੱਜ਼ਤ ਰੱਖੀ, ਪੰਜਾਬ ਦੀ ਇੱਜ਼ਤ ਰੱਖੀ, ਅਤੇ ਉਹਨਾਂ ਦਾ ਇਹ ਦੁਰਦਸ਼ਾ ਕਿ ਉਹਨਾਂ ਨੂੰ 600 ਰੁਪਈਆ ਮਹੀਨੇ ਦੀ ਪੈਨਸ਼ਨ ਮਿਲ ਰਹੀ ਹੈ, 1200 ਪੈਨਸ਼ਨ ਮਿਲ ਰਹੀ ਹੈ, ਔਰ ਨਵੀਂ ਪੋਲਿਸੀ ਦੇ ਮੁਤਾਬਕ ਉਹ ਵੀ ਖਤਮ ਕਰ ਦਿੱਤੀ ਹੈ। ਅੱਜ ਜਿੰਨੇ ਵੀ ਪੰਜਾਬ ਦੇ ਵੈਟਰਨ ਸਪੋਰਟਸ ਪਰਸਨ ਇਕੱਠੇ ਹੋਏ ਹਾਂ ਅਸੀਂ ਸਕਾਈਲਾਰਕ ਹੋਟਲ ਜਲੰਧਰ ਦੇ ਵਿੱਚ, ਔਰ ਇਕੱਠੇ ਹੋਣ ਦਾ ਮੇਨ ਮਕਸਦ ਇਹ ਹੈ ਕਿ ਹੁਣ ਇਹ ਨਵੀਂ ਇੱਕ ਪੰਜਾਬ ਸਰਕਾਰ ਨੇ ਇੱਕ ਨਵੀਂ ਸਪੋਰਟਸ ਪੋਲਿਸੀ ਬਣਾਈ ਹੈ ਜਿਹਦੇ ਦਿਨ ਇੱਕ ਬੰਨੇ 'ਤੇ ਕਹਿ ਰਹੇ ਨੇ ਕਿ 3 ਗੁਣਾ ਪੈਨਸ਼ਨ ਜਿਹੜੀ ਸਪੋਰਟਸ ਪੈਨਸ਼ਨ ਵਧਾ ਦਿੱਤੀ ਗਈ ਹੈ, ਔਰ ਦੂਜੇ ਪਾਸੇ ਇਹੋ ਜਿਹੀਆਂ ਸ਼ਰਤਾਂ ਲਾ ਦਿੱਤੀਆਂ ਨੇ ਜਿਨ੍ਹਾਂ ਸ਼ਰਤਾਂ ਦੇ ਤਹਿਤ ਕੋਈ ਵੀ ਪੰਜਾਬ ਦਾ ਜਿਹੜਾ ਡਿਸਟਿੰਗੁਇਸ਼ ਸਪੋਰਟਸ ਪਰਸਨ ਹੈ ਉਹ ਐਲੀਜੀਬਲ ਨਹੀਂ ਰਹੇਗਾ। ਕਿਉਂਕਿ ਸ਼ਰਤ ਇਹ ਹੈ ਕਿ ਜਿਸ ਪਲੇਅਰ ਦੀ 6 ਲੱਖ ਤੋਂ ਪਰ ਐਨੂਅਲ ਇਨਕਮ ਜ਼ਿਆਦਾ ਹੈ ਉਹ ਐਲੀਜੀਬਲ ਨਹੀਂ ਰਹੇਗਾ। ਤੋ ਜਿੰਨੇ ਵੀ ਪੁਰਾਣੇ ਖਿਲਾੜੀ ਨੇ ਉਹ ਸਾਰੇ ਅੱਛੀਆਂ ਅੱਛੀਆਂ ਅਹੁਦਿਆਂ ਤੋਂ ਰਿਟਾਇਰ ਹੋਏ ਨੇ, ਨੌਕਰੀਆਂ ਕੀਤੀਆਂ 35-40 ਸਾਲ, ਤਾਂ ਓਬਵੀਅਸਲੀ ਉਹਨਾਂ ਦੀ ਜਿਹੜੀ ਇਨਕਮ ਹੈ ਇੰਨੀ ਕੁ ਤਾਂ ਹੋਏਗੀ ਹੋਏਗੀ। ਸੋ ਅਸੀਂ ਅੱਜ ਇਕੱਠਿਆਂ ਹੋ ਕੇ ਇੱਕ ਐਸੋਸੀਏਸ਼ਨ ਬਣਾਈ ਹੈ ਜਿਸ ਦਾ ਨਾਂ ਪੰਜਾਬ ਸਪੋਰਟਸ ਸੁਪਰ ਸਟਾਰ ਐਸੋਸੀਏਸ਼ਨ ਰੱਖਿਆ ਹੈ, ਔਰ ਉਸ ਐਸੋਸੀਏਸ਼ਨ ਦਾ ਪ੍ਰਧਾਨ ਬਣਨ ਦਾ ਮੈਨੂੰ ਮਾਣ ਹਾਸਲ ਹੋਇਆ ਹੈ। ਔਰ ਅਸੀਂ ਪੰਜਾਬ ਸਰਕਾਰ ਨੂੰ ਤੁਹਾਡੇ ਮੀਡੀਅਮ ਜ਼ਰੀਏ ਵੀ ਇਹ ਬੇਨਤੀ ਕਰਦੇ ਹਾਂ ਕਿ ਇਹ ਜੋ ਫੈਸਲਾ ਹੋਇਆ ਇਹ ਗਲਤ ਹੋਇਆ, ਬਿਕੋਜ਼ ਇਟ ਹੈਜ਼ ਹਰਟ ਦੀ ਫੀਲਿੰਗਸ ਆਫ ਦੀ ਓਲਡ ਸਪੋਰਟਸ ਪਰਸਨ, ਵੈਟਰਨ ਸਪੋਰਟਸ ਪਰਸਨ, ਐਂਡ ਆਲਸੋ ਇਟ ਵਿਲ ਹੈਵ ਏ ਡੀਮੋਰਲਾਈਜ਼ਿੰਗ ਇਫੈਕਟ ਔਨ ਦੀ ਪ੍ਰੈਜੈਂਟ ਜਨਰੇਸ਼ਨ ਐਂਡ ਕਮਿੰਗ ਜਨਰੇਸ਼ਨ ਆਫ ਸਪੋਰਟਸ ਪਰਸਨ ਇਨ ਪੰਜਾਬ। ਜੇ ਮੈਡਲ ਲਿਆ ਜਾਂ ਜਿਹਨੂੰ ਕੋਈ ਕੰਟਰੀ ਦਾ ਅਵਾਰਡ ਮਿਲਿਆ ਤਾਂ ਨੈਚੁਰਲੀ ਕਿਸੇ ਚੰਗੀ ਪੋਸਟ ਤੋਂ ਵੀ ਜਾਂ ਤਾਂ ਰਿਟਾਇਰ ਹੋਏ ਹੋਣਗੇ ਜਾਂ ਉਹ ਐਟ ਪ੍ਰੈਜੈਂਟ ਪੋਸਟਿੰਗ 'ਤੇ ਹੋਣਗੇ, ਅਤੇ ਸਾਰੇ ਅੱਛੀ ਅੱਛੀਆਂ ਪੋਸਟਾਂ ਤੋਂ ਰਿਟਾਇਰ ਹੋਏ ਆ, ਔਰ ਇਸ ਕਰਕੇ ਲੱਗਦਾ ਹੈ ਵੀ ਜਿਸ ਹਿਸਾਬ ਨਾਲ ਸਾਰਿਆਂ ਨੂੰ ਆਲਰੇਡੀ ਜਿਹੜੇ ਰਿਟਾਇਰ ਹੋਏ ਆ ਆਲਰੇਡੀ ਪੈਨਸ਼ਨ ਜਿਹੜੀ ਉਹਨਾਂ ਦੀ 6 ਲੱਖ ਤੋਂ ਵੱਧ ਆ, ਅਤੇ ਜਦਕਿ ਸਾਡੀ ਜਿਹੜੀ ਸੈਂਟਰ ਗੌਰਮੈਂਟ ਦੀ ਚੱਲ ਰਹੀ ਹੈ ਪੈਨਸ਼ਨ ਉਹਦੇ ਵਿੱਚ ਉਹਨਾਂ ਨੇ ਕੋਈ ਇਹੋ ਜਿਹਾ ਨੁਕਤਾ ਨਹੀਂ ਵਿੱਚ ਰੱਖਿਆ ਵੀ ਜੇ ਕੋਈ ਪੈਨਸ਼ਨ ਲੈ ਰਿਹਾ ਉਹਨੂੰ ਮਿਲੂਗੀ ਜਾਂ ਨਹੀਂ ਮਿਲੂਗੀ। ਉਹ ਇਟ ਮੀਨਸ ਕਿ ਉਹ ਜਿਹੜੀ ਸਪੋਰਟਸ ਦੀ ਪੈਨਸ਼ਨ ਉਹ ਸਪੋਰਟਸ ਵਾਲਿਆਂ ਨੂੰ ਮੈਡਲਿਸਟ ਨੂੰ ਜਿਹੜੀ ਉਹ ਦੇ ਰਹੇ ਆ, ਅਤੇ ਸੋ ਬਾਕੀ ਸਟੇਟਾਂ ਵੀ ਸਾਰੀਆਂ ਦੇ ਰਹੀਆਂ, ਅਤੇ ਮੈਨੂੰ ਲੱਗਦਾ ਵੀ ਪੰਜਾਬ ਨੂੰ ਜਿਹੜਾ ਵੀ ਇਸ ਬਾਰੇ ਦੁਬਾਰਾ ਆਪਣਾ ਜਿਹੜਾ ਗੌਰ ਕਰਨਾ ਚਾਹੀਦਾ ਹੈ ਤਾਂ ਕਿ